सारे परिवारों नूं सारियां आपदियां भैणां नूं करवा चौथ दियां लख लख मुबारकां दिंदी हां ते सब नूं इह बेनती करदी हां कि वैसे तो हर दिन करवा चौथ है जे परिवार दे विच सुख शांति होवे परिवार दे विच एक मेल मिलाप होवे कोई फर्क ना होवे पर इस करवा चौथ दा ते आम दिनां दा एक फर्क है कि अज कल दे करवा चौथ दे विच सानूं खाण नूं कुछ नहीं मिलना अदरवाइज जिन्ने दिन हुंदे आ साल दे उहदे विच जे मोह मुहब्बत होवे तां उह हर दिन ही करवा चौथ खासकर लेडी दी डिमांड भी कीती जांदी घर वाले तों जी राजू कोल की डिमांड करे हुई सच्चे पातशाह दी मेहर है ते मालक समा दिंदा रहे इकट्ठे बह के गलबात करन दा कोई टिकट दी डिमांड ही कर लो जी लोक भी कही जा रहे जी नहीं समा मैनूं लगदा ਜ਼ਿੰਦਗੀ ਦੇ ਵਿੱਚ ਇਕੱਠੇ ਬਹਿ ਕੇ ਸਮਾਂ ਮਿਲ ਜੇ ਉਹਦੇ ਵਰਗੀ ਦੁਨੀਆ ਤੇ ਕੋਈ ਰੀਸ ਨਹੀਂ ਟਾਈਮ ਮਿਲਦਾ ਰਹੇ ਪਰਿਵਾਰ ਨੂੰ ਇਕੱਠੇ ਬੈਠ ਕੇ ਗੱਲਬਾਤ ਕਰਨ ਦੀ ਮੈਂ ਸਾਰੇ ਪਰਿਵਾਰਾਂ ਨੂੰ ਸਾਰੀਆਂ ਆਪਣੀਆਂ ਭੈਣਾਂ ਨੂੰ ਕਰਵਾ ਚੌਥ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਅਤੇ ਸਭ ਨੂੰ ਇਹ ਬੇਨਤੀ ਕਰਦੀ ਹਾਂ ਕਿ ਵੈਸੇ ਤਾਂ ਹਰ ਦਿਨ ਕਰਵਾ ਚੌਥ ਹੈ ਜੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਪਰਿਵਾਰ ਦੇ ਵਿੱਚ ਇੱਕ ਮੇਲ ਮਿਲਾਪ ਹੋਵੇ ਕੋਈ ਫਰਕ ਨਾ ਹੋਵੇ ਪਰ ਇਸ ਕਰਵਾ ਚੌਥ ਦਾ ਤੇ ਆਮ ਦਿਨਾਂ ਦਾ ਇੱਕ ਫਰਕ ਹੈ ਕਿ ਅੱਜ ਕੱਲ ਦੇ ਕਰਵਾ ਚੌਥ ਦੇ ਵਿੱਚ ਸਾਨੂੰ ਖਾਣ ਨੂੰ ਕੁਛ ਨਹੀਂ ਮਿਲਣਾ ਅਦਰਵਾਈਜ਼ ਜਿੰਨੇ ਦਿਨ ਹੁੰਦੇ ਆ ਸਾਲ ਦੇ ਉਹਦੇ ਵਿੱਚ ਜੇ ਮੋਹ ਮੁਹੱਬਤ ਹੋਵੇ ਤਾਂ ਉਹ ਹਰ ਦਿਨ ਕਰਵਾ ਚੌਥ ਖਾਸਕਰ ਲੇਡੀ ਦੀ ਡਿਮਾਂਡ ਵੀ ਕੀਤੀ ਜਾਂਦੀ ਘਰ ਵਾਲੇ ਤੋਂ ਜੀ ਰਾਜੂ ਕੋਲ ਕੀ ਡਿਮਾਂਡ ਕਰੇ ਹੋਈ ਸੱਚੇ ਪਾਤਸ਼ਾਹ ਦੀ ਮਿਹਰ ਹੈ ਤੇ ਮਾਲਕ ਸਮਾਂ ਦਿੰਦਾ ਰਹੇ ਇਕੱਠੇ ਬਹਿ ਕੇ ਗੱਲਬਾਤ ਕਰਨ ਦਾ ਕੋਈ ਟਿਕਟ ਦੀ ਡਿਮਾਂਡ ਹੀ ਕਰ ਲਓ ਜੀ ਲੋਕ ਵੀ ਕਹੀ ਜਾ ਰਹੇ ਜੀ ਨਹੀਂ ਸਮਾਂ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਇਕੱਠੇ ਬਹਿ ਕੇ ਸਮਾਂ ਮਿਲ ਜੇ ਉਹਦੇ ਵਰਗੀ ਦੁਨੀਆ ਤੇ ਕੋਈ ਰੀਸ ਨਹੀਂ ਟਾਈਮ ਮਿਲਦਾ ਰਹੇ ਪਰਿਵਾਰ ਨੂੰ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਮੈਂ ਸਾਰੇ ਪਰਿਵਾਰਾਂ ਨੂੰ ਸਾਰੀਆਂ ਆਪਣੀਆਂ ਭੈਣਾਂ ਨੂੰ ਕਰਵਾ ਚੌਥ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਅਤੇ ਸਭ ਨੂੰ ਇਹ ਬੇਨਤੀ ਕਰਦੀ ਹਾਂ ਕਿ ਵੈਸੇ ਤਾਂ ਹਰ ਦਿਨ ਕਰਵਾ ਚੌਥ ਹੈ ਜੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਪਰਿਵਾਰ ਦੇ ਵਿੱਚ ਇੱਕ ਮੇਲ ਮਿਲਾਪ ਹੋਵੇ ਕੋਈ ਫਰਕ ਨਾ ਹੋਵੇ ਪਰ ਇਸ ਕਰਵਾ ਚੌਥ ਦਾ ਤੇ ਆਮ ਦਿਨਾਂ ਦਾ ਇੱਕ ਫਰਕ ਹੈ ਕਿ ਅੱਜ ਕੱਲ ਦੇ ਕਰਵਾ ਚੌਥ ਦੇ ਵਿੱਚ ਸਾਨੂੰ ਖਾਣ ਨੂੰ ਕੁਛ ਨਹੀਂ ਮਿਲਣਾ ਅਦਰਵਾਈਜ਼ ਜਿੰਨੇ ਦਿਨ ਹੁੰਦੇ ਆ ਸਾਲ ਦੇ ਉਹਦੇ ਵਿੱਚ ਜੇ ਮੋਹ ਮੁਹੱਬਤ ਹੋਵੇ ਤਾਂ ਉਹ ਹਰ ਦਿਨ ਕਰਵਾ ਚੌਥ ਖਾਸਕਰ ਲੇਡੀ ਦੀ ਡਿਮਾਂਡ ਵੀ ਕੀਤੀ ਜਾਂਦੀ ਘਰ ਵਾਲੇ ਤੋਂ ਜੀ ਰਾਜੂ ਕੋਲ ਕੀ ਡਿਮਾਂਡ ਕਰੇ ਹੋਈ ਸੱਚੇ ਪਾਤਸ਼ਾਹ ਦੀ ਮਿਹਰ ਹੈ ਤੇ ਮਾਲਕ ਸਮਾਂ ਦਿੰਦਾ ਰਹੇ ਇਕੱਠੇ ਬਹਿ ਕੇ ਗੱਲਬਾਤ ਕਰਨ ਦਾ ਕੋਈ ਟਿਕਟ ਦੀ ਡਿਮਾਂਡ ਹੀ ਕਰ ਲਓ ਜੀ ਲੋਕ ਵੀ ਕਹੀ ਜਾ ਰਹੇ ਜੀ ਨਹੀਂ ਸਮਾਂ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਇਕੱਠੇ ਬਹਿ ਕੇ ਸਮਾਂ ਮਿਲ ਜੇ ਉਹਦੇ ਵਰਗੀ ਦੁਨੀਆ ਤੇ ਕੋਈ ਰੀਸ ਨਹੀਂ ਟਾਈਮ ਮਿਲਦਾ ਰਹੇ ਪਰਿਵਾਰ ਨੂੰ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ